ਖਾਸ ਬਲਜਿੰਦਰ ਸਿੰਘ ਵੱਲੋਂ ਜਗਦੀਪ ਇਲੈਕਟਰੋ ਗਰੁੱਪ ਉਨਾ ਸਾਹ ਸੰਗਤ ਜੀ ਦੇਸ਼ ਵਾਸੀਆਂ ਨੂੰ ਮੇਰੀ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਪਾਵਲੀ ਦੇ ਸ਼ੁਭ ਮੌਕੇ 'ਤੇ ਸਾਡੇ ਗੁਰੂ ਸਾਹਿਬ ਜੀ ਮੁਗਲ ਬਾਦਸ਼ਾਹ ਦੀ ਕੈਦ ਤੋਂ ਆਪ ਬਾਹਰ ਖੁਦ ਬਾਹਰ ਕੈਦ 'ਚੋਂ ਤਾਂ ਆਏ ਸੀ, ਨਾਲ 52 ਹੋਰ ਪਹਾੜੀ ਰਾਜਿਆਂ ਨੂੰ ਕੈਦ 'ਚੋਂ ਬਾਹਰ ਨਾਲ ਲੈ ਕੇ ਆਏ ਸੀ। ਇਹ ਸਾਰੀ ਘਟਨਾ ਨੂੰ ਯਾਦ ਵਿੱਚ ਰੱਖ ਕੇ ਸਾਡੀ ਸਾਰੀ ਸਮੂਹ ਸੰਗਤ ਦੇਸ਼ ਵਾਸੀਆਂ ਨੇ ਸਾਰੇ ਸਮਾਜ ਨੇ ਰਲ ਮਿਲ ਕੇ ਬੰਦੀ ਛੋੜ ਦਿਵਸ ਮਨਾਇਆ ਸੀ। ਕੱਲ੍ਹ ਇਸ ਵੇਲੇ ਜੋ ਸਾਡਾ ਮਾਹੌਲ ਪੰਜਾਬ ਦਾ ਚੱਲ ਰਿਹਾ ਕਾਲਾ ਦੌਰ, ਹਰ ਇੱਕ ਪਾਸੇ ਕੋਈ ਨਾ ਕੋਈ ਅੱਗ ਲੱਗੀ ਪਈ ਹੈ, ਅਤੇ ਜੋ ਕਾਲੀ ਦੀਪਾਵਲੀ ਜਾਂ ਕੁਛ ਗਲਤ ਅਨਸਰ ਇੱਕ ਦੂਜੇ ਨੂੰ ਬਦਨਾਮ ਕਰਨ 'ਚ ਲੱਗੇ ਹੋਏ ਹਨ, ਸਾਨੂੰ ਇਹਨਾਂ ਦੀਆਂ ਗੱਲਾਂ ਆਪਣੀ ਕਮਜ਼ੋਰੀ ਨਾ ਬਣਾ ਕੇ ਦੀਪਾਵਲੀ ਦੇ ਸ਼ੁਭ ਮੌਕੇ 'ਤੇ ਸਾਨੂੰ ਆਪਣਾ ਬੰਦੀ ਛੋੜ ਦਿਵਸ ਖੁਸ਼ੀਆਂ ਨਾਲ ਆਪਣੇ ਪਰਿਵਾਰ ਵਿੱਚ ਰਲ ਮਿਲ ਕੇ ਸਾਰਿਆਂ ਨੂੰ ਬਹੁਤਾ ਨਹੀਂ ਤਾਂ ਥੋੜ੍ਹਾ ਹੀ ਪਿਆਰ ਸਹੀ ਇਸ ਮੌਕੇ 'ਤੇ ਜੋ ਇਹ ਕੰਡੀਸ਼ਨ ਚੱਲ ਰਹੀ ਹੈਗੀ ਆ ਬੁਰੀ, ਤਾਂ ਰਲ ਮਿਲ ਕੇ ਖੁਸ਼ੀ ਨਾਲ ਰਹਿਣਾ ਚਾਹੀਦਾ ਹੈ, ਅਤੇ ਨਾ ਕਿ ਸਾਨੂੰ ਆਪਣੇ ਗੁਰੂ ਪਿਤਾ ਦਸ਼ਮੇਸ਼ ਜੀ ਦੀ ਜੋ ਘਟਨਾ ਦੇ ਅਨੁਸਾਰ ਅਸੀਂ ਬੰਦੀ ਛੋੜ ਦਿਵਸ ਮਨਾਉਂਦੇ ਹਾਂ ਤਾਂ ਉਹਨੂੰ ਭੁੱਲ ਜਾਈਏ, ਤਾਂ ਕਾਲੀ ਦੀਵਾਲੀ ਜਾਂ ਕੋਈ ਹੋਰ ਨਾਮ ਦੇ ਕੇ ਆਪਣੀ ਕਮਜ਼ੋਰੀ ਲੋਕਾਂ 'ਚ ਜ਼ਾਹਰ ਕਰੀਏ, ਜੋ ਕਿ ਇੱਕ ਪਬਲਿਕ 'ਚ ਬਹੁਤ ਗਲਤ ਸੁਨੇਹਾ ਹੈ, ਤਾਂ ਆਪਣੀ ਇੱਕ ਸਾਡੀ ਇਹ ਮਰਦਾਨਗੀ ਨਹੀਂ ਬੋਲੀ ਜਾਏਗੀ ਵੀ ਕਾਲੀ ਦੀਪਾਵਲੀ ਜਾਂ ਕੁਛ ਅਸੀਂ ਇਹ ਕਹਿ ਦਿੱਤੇ ਆ ਵੀ ਕੋਈ ਮਨਾਏਗਾ ਨਹੀਂ, ਜਿਹਦਾ ਦਿਲ ਹੈ ਉਸਨੇ ਤਾਂ ਮਨਾਉਣਾ ਹੀ ਹੈ ਆਪਣਾ, ਪਰ ਸਾਨੂੰ ਆਪਣੇ ਗੁਰੂਆਂ ਨੂੰ ਯਾਦ ਰੱਖ ਕੇ ਆਪਣਾ ਦਿਵਸ ਮਨਾਉਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜ ਖਾਲਸਾ ਆਕੀ ਰਹੇ ਨਾ ਕੋਈ, ਭਲੇ ਸੋਨਿਆਲ ਸਤਿ ਸ਼੍ਰੀ ਅਕਾਲ।